ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੀ ਸਿਆਸਤ ਵਿੱਚ ਆਪਣੇ ਪੈਰ ਜਮਾਉਣ ਜਾ ਰਿਹਾ ਹੈ, ਜਿਸ ਦੇ ਚੱਲਦੇ ਉਹ ਆਉਣ ਵਾਲੀਆਂ 2019 ਦੀਆਂ ਚੋਣਾਂ 'ਚ ਹਰਿਆਣਾ ਵਿੱਚ ਆਪਣੇ ਉਮੀਦਵਾਰ ਖੜੇ ਕਰੇਗਾ। ਹਰਿਆਣਾ ਵਿੱਚ ਸ਼ੁਰੂ ਹੋ ਰਹੇ ਆਪਣੇ ਨਵੇਂ ਸਿਆਸੀ ਸਫ਼ਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੀਪਲੀ ਵਿਖੇ ਰੈਲੀ ਕਰਨ ਜਾ ਰਿਹਾ ਹੈ, ਪਰ ਇਸ ਦੇ ਉਲਟ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਿੱਖਾ ਵਾਰ ਕਰਦੇ ਹੋਏ ਗੁਰਦੁਆਰਿਆਂ ਦੀ ਗੋਲਕ ਚੋਰੀ ਕਰਨ ਦੇ ਇਲਜ਼ਾਮ ਲਗਾਏ ਨੇ। ਸ਼੍ਰੀ ਆਪਣਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੋਲਕ ਚੋਰ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਨਾਲੇ ਇਹਨਾਂ ਨੇ ਮਤਲਬ ਕਿ ਪਾਣੀਆਂ ਦੀ ਵੀ ਚੋਰੀ ਕੀਤੀ ਸਾਡੇ ਹਰਿਆਣੇ ਦੇ ਵਿੱਚੋਂ, ਔਰ ਨਾਲ ਇਹ ਡਰੱਗਸ ਦੇ ਵਪਾਰੀ ਜਿਹੜਾ ਕਿ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਸੱਤਿਆਨਾਸ਼ ਕੀਤਾ ਇਹਨਾਂ ਨੇ, ਹੁਣ ਇਹ ਪਾਰਟੀ ਹਰਿਆਣੇ ਵਿੱਚ ਆ ਕੇ ਵੀ ਹਰਿਆਣੇ ਦੇ ਲੋਕਾਂ ਨੂੰ ਗੁੰਮਰਾਹ ਕਰੇਗੀ, ਹਰਿਆਣੇ ਦੀ ਜਵਾਨੀ ਵੀ ਬਰਬਾਦ ਕਰਨ ਦੇ ਉੱਤੇ ਤੁਲੀ ਹੋਈ ਹੈ। ਹੋ ਸਕਦਾ ਹੈ ਕਿ ਵੀ ਇਹ ਹਰਿਆਣੇ ਵਿੱਚ ਵੀ ਡਰੱਗਸ ਦਾ ਮਾਮਲਾ ਇਸੇ ਤਰ੍ਹਾਂ ਹੀ ਲੋਕਾਂ ਦੀ ਜਿਹੜੀ ਨੌਜਵਾਨੀ ਪੀੜ੍ਹੀ ਹੈ ਉਹਨੂੰ ਬਰਬਾਦ ਕਰੇ। ਇਹ ਤਾਂ ਸਨ ਜੋਗਾ ਸਿੰਘ ਦੇ ਬਾਗੀ ਸੁਰ, ਤੇ ਹੁਣ ਸੁਣੋ ਜੋਗਾ ਸਿੰਘ ਦੀ ਬਦਲੀ ਹੋਈ ਜ਼ੁਬਾਨ, ਜਿਸ ਵਿੱਚ ਜਨਰਲ ਸਕੱਤਰ ਬਾਦਲਾਂ ਨਾਲ ਸੌਦੇਬਾਜ਼ੀ ਕਰ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਕੋ ਚਾਹੀਏ, ਅਗਰ ਹਮਾਰੀ ਵੋ ਬਲਾਈ ਚਾਹਤਾ ਹੈ, ਹਰਿਆਣੇ ਕੇ ਸਿੱਖੋ ਕੀ ਬਲਾਈ ਚਾਹਤਾ ਹੈ, ਤੋ ਉਸਕੋ ਏਕਦਮ ਜੋ ਹੈ ਸੁਪਰੀਮ ਕੋਰਟ ਸੇ ਜੋ ਕੇਸ ਹੈ ਵੋ ਵਾਪਸ ਲੈ ਲੈਣਾ ਚਾਹੀਏ। ਅਗਰ ਵੋ ਕੋਰਟ ਸੇ ਕੇਸ ਵਾਪਸ ਲੇਤਾ ਹੈ ਤੋ ਹਮ ਯੇ ਵਾਅਦਾ ਕਰਤੇ ਹੈ ਕਿ ਹਮ ਪ੍ਰਕਾਸ਼ ਸਿੰਘ ਬਾਦਲ ਕੇ ਸਾਥ ਹਰਿਆਣਾ ਮੇਂ ਜੋ ਅਗਲੀ ਲੜਾਈ ਹੈ 2019 ਕੀ ਇਕੱਠੇ ਮਿਲ ਕੇ ਲੜੇਂਗੇ, ਔਰ ਏਕ ਹੀ ਝੰਡੇ ਕੇ ਨੀਚੇ ਜੋ ਹੈ ਜੋ ਅਗਲੀ ਇਲੈਕਸ਼ਨ ਵੋ ਲੜੇਂਗੇ। ਤੁਹਾਨੂੰ ਦੱਸ ਦਈਏ ਕਿ ਗੋਲਕ ਵਿੱਚ ਹੋ ਰਹੀ ਘਪਲੇਬਾਜ਼ੀ ਨੂੰ ਰੋਕਣ ਲਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2014 ਵਿੱਚ ਇੱਕ ਵੱਖਰੀ ਸੂਬਾ ਪੱਧਰੀ ਕਮੇਟੀ ਬਣਾਈ ਸੀ, ਜਿਸ ਦਾ ਨਾਮ ਰੱਖਿਆ ਗਿਆ ਸੀ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਇਸ ਕਮੇਟੀ ਖਿਲਾਫ ਬਾਦਲਾਂ ਨੇ ਕੇਸ ਵੀ ਕੀਤਾ ਸੀ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕੇਸ ਵਾਪਸ ਲੈਂਦਾ ਹੈ ਤਾਂ ਜੋਗਾ ਸਿੰਘ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਦਲ ਪਰਿਵਾਰ ਮੁਕਤ ਹੋ ਜਾਏਗਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।